ਆ ਵੇਖੋ ਕਿਉਂ ਇਸ ਟਰੈਕਟਰ ਦੇ ਵਿੱਚ ਉਹਨੂੰ ਫਿੱਟ ਕਰਨ 'ਚ ਥੋੜ੍ਹੀ ਜਿਹੀ ਸਮੱਸਿਆ ਹੈ। ਫਲਾਣੇ ਨੂੰ ਲੈ ਚੱਲਦੇ ਹਾਂ, ਇਹਦੇ ਬੰਪਰ ਦਾ ਕਰਦੇ ਹਾਂ ਛੇਤੀ ਹੱਲ ਕੁਛ। ਆਹ ਜਿਹੜਾ ਮਾਡਲ ਤੁਸੀਂ ਵੇਖਣ ਲੈ ਆਉਣਾ, ਇਹ ਪੂਰੇ ਦਾ ਪੂਰਾ ਆ ਵੇਖੋ ਆ ਬਣਿਆ ਪਿਆ। ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਅਤੇ ਲਓ ਜੀ ਸਵਾਗਤ ਹੈ ਨਵੇਂ ਵਲੌਗ ਦੇ ਵਿੱਚ। ਅਤੇ ਕੱਲ੍ਹ ਆਪਾਂ ਮੋਟਰ ਫਿੱਟ ਕਰਕੇ ਵੇਖੀ ਸੀ ਜੋਨ ਡੀਅਰ ਦੇ ਬੈਕ ਹਿੱਸੇ 'ਤੇ, ਵੀ RPM ਵਗੈਰਾ ਚੈੱਕ ਕਰਨਾ ਅਤੇ ਸਪੀਡ ਕਿੰਨੀ ਕੁ ਹੈ। ਅਤੇ ਉਸ ਦੇ ਨਾਲ ਮੈਂ ਜਿੱਦਾਂ ਪਲੈਨ ਸੋਚਿਆ ਸੀਗਾ ਵੀ ਇਹਦੇ 'ਤੇ 2 ਸਪੀਡ ਵਾਲਾ ਆਪਾਂ ਗੇਅਰ ਬੋਕਸ ਲਾਉਣਾ ਹੈ। ਅਤੇ ਗੇਅਰ ਬੋਕਸ ਵਰਕ ਤਾਂ ਸਹੀ ਕਰਦਾ, ਵੀ ਜਿਵੇਂ ਮੈਂ ਉਹਦਾ ਡੈਮੋ ਬਣਾ ਕੇ ਵੇਖਿਆ ਸੀ ਵਰਕ ਤਾਂ ਸਹੀ ਕਰਦਾ, ਪਰ ਇਸ ਟਰੈਕਟਰ ਦੇ ਵਿੱਚ ਉਹਨੂੰ ਫਿੱਟ ਕਰਨ 'ਚ ਥੋੜ੍ਹੀ ਜਿਹੀ ਸਮੱਸਿਆ ਹੈ। ਪਰ ਜੇ ਆਪਾਂ ਆਹ ਗੇਅਰ ਬੋਕਸ ਲਾਉਂਦੇ ਹਾਂ ਇਹਦੇ ਵਿੱਚ, ਠੀਕ ਹੈ, ਆਹ ਜਿਹੜਾ, ਫਿਰ ਇਹਦੀ ਲੰਬਾਈ ਬਹੁਤ ਜ਼ਿਆਦਾ ਵੱਧ ਜਾਂਦੀ ਹੈ। ਠੀਕ ਹੈ, ਯਾਨੀ ਕਿ ਤੁਸੀਂ ਮੰਨ ਕੇ ਚਲੋ ਇੰਨਾ ਲੰਮਾ ਹੋ ਜਾਊਗਾ ਟਰੈਕਟਰ ਜੇ ਮੈਂ ਮੋਟਰ ਇਹਦੀ ਥੱਲੇ ਰੱਖਦਾ ਵਾਂ। ਠੀਕ ਹੈ, ਜੇ ਮੈਂ ਇਹਦੀ ਮੋਟਰ ਰੱਖ ਦੇਣਾ ਇੱਥੇ ਇੰਜਨ ਵਾਲੀ ਥਾਂ 'ਤੇ, ਆਹ ਜਿਹੜਾ ਇੰਨਾ ਹਿੱਸਾ ਹੈ, ਵੈਸੇ ਤਾਂ ਇਹਦੇ ਵਿੱਚ ਮੋਟਰ ਪ੍ਰੋਪਰ ਪੂਰੀ ਆਉਂਦੀ ਨਹੀਂ ਗੀ। ਠੀਕ ਹੈ, ਥੋੜ੍ਹੀ ਜਿਹੀ ਮੋਟਰ ਵੱਡੀ ਹੈ, ਵੀ ਤੁਸੀਂ ਮੰਨ ਕੇ ਚਲੋ ਜੇ ਮੈਂ ਇਸ ਹਿੱਸੇ 'ਚ ਮੋਟਰ ਰੱਖ ਵੀ ਦੇਣਾ ਇਹਦੇ ਵਿੱਚ, ਫਿਰ ਆਪਾਂ ਸਟੇਅਰਿੰਗ ਵਾਸਤੇ ਸਰਵੋ ਵੀ ਲਾਉਣੀ ਹੈ, ਅਤੇ ਜੇ ਆਪਾਂ ਇੱਥੇ ਮੋਟਰ ਰੱਖ ਦੇਣਾ ਗੇਅਰ ਵਾਲੀ, ਤਾਂ ਫਿਰ ਸਰਵੋ ਲਾਉਣ ਲਈ ਜਗ੍ਹਾ ਨਹੀਂ ਬਚਣੀ ਆਪਣੇ ਕੋਲ। ਠੀਕ ਹੈ, ਨੋਰਮਲੀ ਤਾਂ ਸਰਵੋ ਆਪਾਂ ਇੱਥੇ ਥੱਲੇ ਲਾਉਣੀ ਸੀ ਇਹਦੇ ਵਿੱਚ, ਠੀਕ ਹੈ, ਇਹਦੇ ਵਿੱਚ ਇੱਥੇ ਸਰਵੋ ਲੱਗਣੀ ਹੈ, ਅਤੇ ਆਹ ਜਿਹੜੀ ਮੋਟਰ ਹੈ ਇਹ ਆਪਾਂ ਨੂੰ ਇੱਥੇ ਲਾਉਣੀ ਪਊਗੀ ਇੱਦਾਂ ਹੀ। ਆ ਜਿਵੇਂ ਇਹਦੇ 'ਤੇ ਆ ਵੇਖੋ ਮੈਂ ਫਿਟਿੰਗ ਕੀਤੀ ਹੋਈ ਨਾ, ਬਸ ਇਹਨਾਂ ਵੀ ਆਹ ਜਿਹੜੀ ਸ਼ਾਫਟ ਹੈ ਬਹੁਤ ਲੰਮੀ ਇਹਦੇ 'ਚ, ਕਿਉਂਕਿ ਮੈਂ ਡੈਮੋ ਵਾਸਤੇ ਬਸ ਲਾਈ ਸੀਗੀ ਵੀ RPM ਚੈੱਕ ਕਰਨ ਵਾਸਤੇ। ਇਹ ਸ਼ਾਫਟ ਨੂੰ ਆਪਾਂ ਛੋਟਾ ਕਰ ਦਾਂਗੇ ਅਤੇ ਆਹ ਜਿਹੜੀ ਮੋਟਰ ਹੈ ਇਹ ਬਿਲਕੁਲ ਇੱਥੇ ਲੱਗ ਜੂਗੀ। ਠੀਕ ਹੈ, ਵੀ ਇੰਨੀ ਅੱਗੇ ਤੁਰ ਜੂਗੀ ਮੋਟਰ, ਅਤੇ ਫਿਰ ਆਹ ਜਿਹੜਾ ਹਿੱਸਾ ਐਵੇਂ ਦਾ ਐਵੇਂ ਹੀ ਟਰਾਈ ਕਰਾਂਗਾ ਮੈਂ ਵੀ ਇਹਦੇ ਉੱਤੇ ਸਿੱਧਾ ਹੀ ਰੱਖਿਆ ਜਾਵੇ ਇਸ ਤਰੀਕੇ ਨਾਲ। ਠੀਕ ਹੈ, ਵੀ ਇਸ ਤਰੀਕੇ ਨਾਲ ਰੱਖਿਆ ਜਾਊਗਾ, ਫਿਰ ਉਦੋਂ ਬਾਅਦ ਫਿਰ ਉੱਤੇ ਮਡਗਾਰਡ ਵਗੈਰਾ ਜੋ ਵੀ ਲਾਉਣਾ ਉਹ ਬਾਅਦ 'ਚੋਂ ਆਪਾਂ ਇਸ ਹਿੱਸੇ ਉੱਤੇ ਲਾ ਦਾਂਗੇ। ਇੱਥੇ ਮੈਂ ਨਟ ਛੱਡੇ ਹੋਏ ਨੇ ਵੀ ਜਿਹਦੇ ਉੱਤੇ ਆਪਾਂ ਹੋਰ ਨਵਾਂ ਪਲੇਟਫਾਰਮ ਵੀ ਬਣਾਉਣਾ ਹੋਇਆ ਬਣਾ ਕੇ ਆਪਾਂ ਉਹਦੇ ਉੱਤੇ ਮਡਗਾਰਡ ਵਗੈਰਾ ਲਾ ਸਕਦੇ ਹਾਂ। ਠੀਕ ਹੈ, ਅਤੇ ਇਸ ਕਰਕੇ ਮੌਕੇ 'ਤੇ ਮੈਨੂੰ 2 ਸਪੀਡ ਗੇਅਰ ਬੋਕਸ ਵਾਲਾ ਸਿਸਟਮ ਜਿਹੜਾ ਹੈ ਉਹ ਔਖਾ ਹੀ ਹੈ ਇਹਦੇ ਵਿੱਚ ਫਿੱਟ ਹੋਣਾ, ਤਿਆਰ ਹੋ ਜੂਗਾ। ਠੀਕ ਹੈ, ਜੇ ਆਪਾਂ ਚਾਹੀਏ ਕਿਸੇ ਹੋਰ ਟਰੈਕਟਰ ਵੱਡੇ 'ਚ ਚਾਹੀਏ ਇਹਦੇ 'ਚ ਵੀ ਲਾ ਸਕਦੇ ਹਾਂ, ਪਰ ਇਹ ਥੋੜ੍ਹਾ ਜਿਹਾ ਫਿਰ ਨਾ ਜਿਵੇਂ ਤੁਹਾਨੂੰ ਮੈਂ ਪਹਿਲਾਂ ਦੱਸਿਆ ਵੀ ਲੰਬਾਈ ਚੌੜਾਈ ਵਾਹ ਵਾਹ ਹੋਜੂਗੀ, ਵੇਖਣ 'ਚ ਸੋਹਣਾ ਨਹੀਂ ਲੱਗਣਾ ਟਰੈਕਟਰ। ਇਸ ਕਰਕੇ ਮੈਂ ਨਹੀਂ ਚਾਹੁੰਦਾ ਇਹਦੇ 'ਚ ਮੈਂ ਜ਼ਿਆਦਾ ਕੱਟ ਵੱਡ ਕਰਾਂ, ਇਹਨੂੰ ਜਿੰਨਾ ਹੋ ਸਕੇ ਓਰੀਜਨਲ ਰੱਖਾਂਗਾ ਮੈਂ। ਅਤੇ ਇਸ ਕਰਕੇ 2 ਸਪੀਡ ਗੇਅਰ ਬੋਕਸ ਹੈ ਜਿਹੜਾ ਉਹ ਮੇਰਾ ਪਲੈਨ ਬਣਦਾ ਪਿਆ ਆਪਾਂ ਨਿਊਹਲੈਂਡ 'ਚ ਪਾਵਾਂਗੇ। ਠੀਕ ਹੈ, ਕਿਉਂਕਿ ਨਿਊਹਲੈਂਡ ਮੈਂ ਟਰਾਈ ਕਰਦਾ ਵਾਂ ਵੀ ਆਪਾਂ ਪ੍ਰਿੰਟ ਕਰਾਂਗੇ 3D, ਅਤੇ ਉਹਦੇ ਵਿੱਚ ਹੀ ਫਿਰ ਸਾਰਾ ਸਿਸਟਮ ਕਰਦਾ, ਕਿਉਂਕਿ 3D ਪ੍ਰਿੰਟ ਕਰਨਾ ਆਪਾਂ ਆਪਦੇ ਹਿਸਾਬ ਨਾਲ ਪੂਰਾ ਡਿਜ਼ਾਇਨ ਮੈਂ ਰੱਖ ਕੇ ਵੀ ਜਿਹਦੇ ਵਿੱਚ ਪ੍ਰੋਪਰ ਆ ਮੋਟਰ ਪੂਰੀ ਆ ਜਾਵੇ, ਪਲੱਸ ਜਿਵੇਂ ਵੀ ਥੋੜ੍ਹੀ ਜਿਹੀ ਇੱਥੇ ਜੇ ਮੋਟਰ ਰੱਖ ਕੇ ਇੱਥੇ ਸਰਵੋ ਲੱਗ ਜੂਗੀ। ਠੀਕ ਹੈ, ਅੱਗੇ ਗੇਅਰ ਬੋਕਸ ਵੀ ਮੈਂ ਉਸ ਹਿਸਾਬ ਨਾਲ ਉਹਨੂੰ ਪੂਰਾ ਤਿਆਰ ਕਰਾਂਗਾ ਹੋਲੈਂਡ ਨੂੰ। ਠੀਕ ਹੈ, ਹੋਲੈਂਡ 'ਚ ਮੈਂ ਟਰਾਈ ਕਰਾਂਗਾ ਕਿ ਬ੍ਰੇਕਾਂ ਵੀ ਨਾਲ ਲਾ ਦਾਂ, ਕਿਉਂਕਿ ਕੱਲ੍ਹ ਵਾਲੇ ਵਲੌਗ 'ਚ ਜਾਂ ਸ਼ਾਇਦ ਪਰਸੋਂ ਵਾਲੇ ਵਲੌਗ 'ਚ ਕਮੈਂਟ ਸੀਗੇ 1-2 ਬਾਈਆਂ ਦੇ ਵੀ ਸਾਈਡਾਂ 'ਤੇ ਬ੍ਰੇਕਾਂ ਲਾਓ। ਠੀਕ ਹੈ, ਕਿਉਂਕਿ ਡਿਫਰੈਂਸ਼ੀਅਲ ਤਾਂ ਹੈਗਾ ਹੀ ਹੁਣ ਮੌਕੇ 'ਤੇ, ਜੇ ਆਪਾਂ ਚਾਹੀਏ ਤਾਂ ਰਿਮੋਟ ਤੋਂ ਹੀ 1 ਟਾਇਰ ਦੀ ਬ੍ਰੇਕ ਲਾ ਕੇ ਟਰੈਕਟਰ ਘੁਮਾ ਸਕਦੇ ਹਾਂ। ਠੀਕ ਹੈ, ਉਹਦੇ ਵਾਸਤੇ ਫਿਰ ਆ ਜਿਵੇਂ ਸਾਈਡਾਂ ਦੇ ਜਿਹੜੇ ਡਰੰਮ ਤੁਸੀਂ ਕਹਿ ਲਓ, ਠੀਕ ਹੈ, ਇਹ ਥੋੜ੍ਹੇ ਜਿਹੇ ਛੋਟੇ ਕਰਨੇ ਪੈਣਗੇ ਇੰਨੇ ਕੁ, ਅਤੇ ਇਸ ਥਾਂ ਦੇ ਉੱਤੇ ਇੱਥੇ ਆਪਾਂ ਬ੍ਰੇਕਾਂ ਲਾ ਦਾਂਗੇ। ਠੀਕ ਹੈ, ਡਿਸਕ ਵੇਖਾਂਗਾ ਜਾਂ ਦੂਜੀਆਂ ਜਿਹੜੀਆਂ ਹੁੰਦੀਆਂ ਨੇ ਆਪਣੀਆਂ ਲੈਦਰ ਵਾਲੀਆਂ, ਉਸ ਟਾਈਪ ਦੀ ਕੋਈ ਬ੍ਰੇਕ ਬਣਾ ਦਾਂਗਾ ਮੈਂ। ਅਤੇ ਫਿਲਹਾਲ ਹੁਣ ਮੈਂ ਇੱਕ ਵਾਰੀ ਵੀਡੀਓ ਸ਼ੂਟ ਕਰਦਾ ਵਾਂ, ਕਿਉਂਕਿ ਕੱਲ੍ਹ ਮੈਂ ਟਾਇਰ ਇਹਨੂੰ ਪਾਤੇ ਸੀ ਪਰ ਵੀਡੀਓ ਸ਼ੂਟ ਨਹੀਂ ਸੀ ਕੀਤੀ। ਠੀਕ ਹੈ, ਹੁਣ ਮੈਂ ਪ੍ਰੋਪਰ ਸ਼ੂਟ ਕਰਦਾਂਗਾ, ਸਾਰਾ ਵਿਖਾ ਦਾਂਗਾ ਟਾਇਰ ਕਿਵੇਂ ਲਾਏ ਨੇ। ਠੀਕ ਹੈ, ਪਲੱਸ ਆਹ ਜਿਹੜੀ ਮੋਟਰ ਹੈ ਸਾਰੀ ਖੋਲ੍ਹ ਦੇਣਾ ਹੁਣ, ਤਾਂ ਕਿ ਇਹਦੇ ਵਾਸਤੇ ਨਵੀਂ ਸ਼ਾਫਟ ਬਣਾ ਸਕਾਂ ਮੈਂ। ਛੋਟੀ ਜੀ ਸ਼ਾਫਟ ਲਾ ਕੇ ਇਹਨੂੰ ਅਟੈਚ ਕਰਦੇ ਹਾਂ, ਅਤੇ ਇਹਦੇ ਅੱਗੇ ਸਟੇਅਰਿੰਗ ਵਾਸਤੇ ਜੇ ਸੋਚਣਾ ਇਹਨੂੰ ਵੀ ਕਿਹੜੇ ਟਾਇਰ ਪਾਉਣੇ ਨੇ, ਠੀਕ ਹੈ, ਸਟੇਅਰਿੰਗ ਸਿਸਟਮ ਕਿੱਦਾਂ ਕੰਮ ਕਰਨਾ, ਉਹ ਵੀ ਅਜੇ ਕਾਫੀ ਲੰਮਾ ਚੌੜਾ ਕੰਮ ਹੈ, ਅਤੇ ਉਹ ਵੀ ਵੇਹਨੇ ਆ। ਉਸ ਤੋਂ ਇਲਾਵਾ ਅੱਜ ਆਪਾਂ ਉਹਦੀ ਵੀ ਵੀਡੀਓ ਸ਼ੂਟ ਕਰਨੀ ਵਾਟਰ ਟੈਂਕ ਦੀ ਰਾਤ ਨੂੰ, ਕਿਉਂਕਿ ਕੱਲ੍ਹ ਮੈਂ ਟਰਾਈ ਕਰਾਂਗਾ ਕਿ ਉਹਦੀ ਵੀਡੀਓ ਅਪਲੋਡ ਕਰਦਾ। ਠੀਕ ਹੈ, ਉਹ ਬਣਾਇਆ ਉਹਦੀ ਵਰਕਿੰਗ ਦੀ ਵੀਡੀਓ ਜੇ ਨਹੀਂ ਸ਼ੂਟ ਕੀਤੀ ਉਹਦੇ ਪਾਣੀ ਭਰਦਿਆਂ ਦੀ। ਠੀਕ ਹੈ, ਅਤੇ ਉਹ ਵੀਡੀਓ ਮੇਰੀ ਸਲਾਹ ਵੀ ਅੱਜ ਰਾਤ ਨੂੰ ਆਪਾਂ ਸ਼ੂਟ ਕਰਦੇ ਹਾਂ। ਅਤੇ ਇਹਦੇ ਤਾਂ ਵੀ ਹੁਣ ਮੈਂ ਕੰਮ ਕਰਦਾ, ਕੈਮਰਾ ਕੱਢਦਾ, ਸ਼ੂਟਿੰਗ ਕਰਦਾ, ਆ ਸਮਾਨ ਇੱਕ ਵਾਰੀ ਚੱਕ ਦੇਣਾ, ਗੇਅਰ ਬੋਕਸ ਰੱਖ ਦੇਣਾ। ਠੀਕ ਹੈ, ਆਉਣ ਵਾਲੇ ਟਾਈਮ 'ਚ ਨਵੇਂ ਟਰੈਕਟਰਾਂ 'ਚ ਆਪਾਂ ਯੂਜ਼ ਕਰਾਂਗੇ 2 ਸਪੀਡ ਗੇਅਰ ਬੋਕਸ ਵਾਲਾ ਸਿਸਟਮ। ਠੀਕ ਹੈ ਜੀ, ਇੱਥੇ ਕੰਮ ਚੱਲਦਾ ਪਿਆ ਜ਼ੋਰਾਂ ਸ਼ੋਰਾਂ ਨਾਲ ਆਪਣੇ ਜੋਨ ਡੀਅਰ 'ਤੇ, ਅਤੇ ਇੱਥੇ ਚੱਲਣ ਦੀ ਆ ਸ਼ੂਟਿੰਗ, ਅਤੇ ਇੱਧਰ ਪੈ ਜਾਂਦੇ ਆ ਰੌਲਾ। ਚੁੱਪ ਕਰ ਜਾਣ ਜਿੰਨਾ ਦੇਰ ਮੈਂ ਵਲੌਗ ਸ਼ੂਟ ਕਰਨ ਦਿਆਂ। ਠੀਕ ਹੈ, ਬਿਲਕੁਲ ਪੜ੍ਹਾਈ ਨਹੀਂ ਹੋਊਗੀ ਇੱਥੇ। ਅਤੇ ਆ ਵੇਖੋ ਸ਼ੂਟ ਕਰਨ ਦਿਆਂ ਸੀ ਮੈਂ ਜੋਨ ਡੀਅਰ ਦਾ। ਠੀਕ ਹੈ, ਅਤੇ ਅਸੈਂਬਲ ਕਰਨ ਦਿਆਂ ਇਹਨੂੰ ਹੌਲੀ ਹੌਲੀ। ਇਹਦੇ ਵਾਸਤੇ 1-2 ਪਾਰਟ ਹੁਣ ਆਪਾਂ ਨੂੰ ਡਿਜ਼ਾਈਨ ਕਰਨੇ ਪੈਣਗੇ ਪਹਿਲਾਂ, ਫਿਰ ਅੱਗੇ ਕੰਮ ਹੋਊਗਾ। ਜਿੱਦਾਂ ਮੈਂ ਤੁਹਾਨੂੰ ਆਖਿਆ ਜੇ ਆਪਾਂ MCL ਨਹੀਂ ਲਾਉਣੀ ਇਹਦੇ 'ਤੇ ਮੈਂ ਟਰਾਈ ਕਰਾਂਗਾ ਵੀ ਸਾਰੇ 3D ਡਿਜ਼ਾਇਨ ਕਰਕੇ ਇਹਨੂੰ ਅਸੈਂਬਲ ਕਰਾਂ ਪੂਰੇ ਨੂੰ। ਇਸ ਕਰਕੇ ਇਦੋਂ ਅੱਗੇ ਹੁਣ ਕੰਮ ਸਾਰਾ ਕੰਪਿਊਟਰ 'ਤੇ ਹੋਣਾ, ਉਹ ਆਪਾਂ ਰਾਤ ਨੂੰ ਕਰਾਂਗੇ। ਠੀਕ ਹੈ, ਹੁਣ ਮੌਕੇ 'ਤੇ ਇੱਕ ਵਾਰੀ
ਕਿਉਂਕਿ ਉਹ ਵੇਖੋ ਵਾਟਰ ਟੈਂਕ ਜਿਹੜਾ ਬਣਾਇਆ ਸੀ ਉਹਦੀ ਟੈਸਟਿੰਗ ਅਜੇ ਤੱਕ ਨਹੀਂ ਕੀਤੀ ਆਪਾਂ। ਤੇ ਅੱਜ ਆਪਾਂ ਮੇਨ ਇੱਕ ਕੰਮ ਆਹ ਕਰਨਾ, ਠੀਕ ਆ, ਬਾਹਰ ਚੱਲਦੇ ਹਾਂ ਤੇ ਇਹਦੀ ਟੈਸਟਿੰਗ ਕਰਦੇ ਹਾਂ ਵੀ ਇਹਦਾ ਪੰਪ ਵਗੈਰਾ ਪਾਣੀ ਸਹੀ ਚੱਕਦਾ ਪਿਆ, ਤੇ ਫਿਰ ਮੈਂ ਟਰਾਈ ਕਰਾਂਗਾ ਸਵੇਰੇ ਦੀ ਵੀਡੀਓ ਅਪਲੋਡ ਕਰਦਾ ਵਾ, ਠੀਕ ਹੈ, ਕੋਸ਼ਿਸ਼ ਤਾਂ ਮੈਂ ਹੀ ਕਰਾਂਗਾ, ਬਾਕੀ ਚਲੋ ਪਤਾ ਲੱਗ ਜੂਗਾ ਤੁਹਾਨੂੰ। ਫਿਲਹਾਲ ਇੱਕ ਵਾਰੀ ਟੈਂਕਰ ਚੱਕਦੇ ਹਾਂ ਇੱਥੋਂ ਤੇ ਬਾਹਰ ਚੱਲਦੇ ਹਾਂ, ਠੀਕ ਹੈ, ਇਹਦੀ ਸ਼ੂਟਿੰਗ ਵਾਸਤੇ, ਤੇ ਟੀਮ ਮੇਰੀ ਤਿਆਰ ਹੈ, ਫੜ ਫੜ ਲੈ ਛੇਤੀ, ਮੇਰੀ ਟੀਮ ਇੱਕ ਤਾਂ ਗੱਲ ਨਹੀਂ ਬਣਦੀ ਬਿਲਕੁਲ ਹੀ, ਸਾਫ਼ ਸਫਾਈ ਕਰਦੇ ਚੰਗੀ ਤਰ੍ਹਾਂ ਦੀ। ਅਤੇ ਟਰੈਕਟਰ ਆਪਾਂ 9-11, ਕਿਉਂਕਿ ਜਿਹੜਾ ਆਪਾਂ ਨਿੱਕਾ ਪੰਪ ਬਣਾਇਆ ਸੀ ਵਾਟਰ ਵਾਲਾ, ਕਿੱਥੇ ਹੋਵੇ, ਪਾਣੀ ਚੱਕਣ ਵਾਲਾ ਇੱਕ ਪੰਪ ਬਣਾਇਆ ਸੀ ਨਾ ਆਪਾਂ, ਇੱਥੇ ਕਿਤੇ ਉੱਤੇ ਸ਼ਾਇਦ, ਪਤਾ ਨਹੀਂ, ਸਵਰਾਜ ਪਿੱਛੇ ਪਾਇਆ ਸੀ ਇਹਨੂੰ, ਇਸ ਵਾਰੀ ਆਪਾਂ 9-11 ਪਿੱਛੇ ਪਾਉਂਦੇ ਹਾਂ ਆਪਣਾ ਵਾਟਰ ਟੈਂਕ, ਠੀਕ ਹੈ। ਤੇ ਕੈਮਰਾ ਮੈਂ ਚੱਕਦਾ ਵਾ, ਚੱਲਦੇ ਹਾਂ ਬਾਹਰ ਆਪਾਂ ਸ਼ੂਟ ਕਰਦੇ ਹਾਂ। ਖੋਲੋ ਗੇਟ, ਇਹਨੂੰ ਰੱਖ ਦੇ ਇੱਕ ਵਾਰੀ, ਬਹੁਤ ਪੜ੍ਹ ਲਿਆ, ਪੜ੍ਹ ਕੇ ਹੁਣ ਆਈਨਸਟਾਈਨ ਬਣਨਾ ਹੁਣ ਤੂੰ, ਕੀ ਪਤਾ ਲੱਗਦਾ ਇਹਦਾ ਬਣ ਹੀ ਜਾਵੇ। ਤੂੰ ਏਦਾਂ ਕਰ, ਇਹਦਾ ਦੂਜਾ ਸਾਰਾ ਸਮਾਨ ਲੈ ਚੱਲ, ਟਰੈਕਟਰ ਦਾ ਰਿਮੋਟ ਲੈ ਚੱਲ, ਬੈਟਰੀ ਵਿੱਚ ਵਿਹਲਾ ਹੋਣੀ ਹੈ, ਅਤੇ ਹੋਰ ਕੀ ਚੀਜ਼ ਚਾਹੀਦੀ ਸੀ, ਹਾਂ ਇੱਕ ਆਹ ਵੀ ਲੈ ਚੱਲ, ਵਾਟਰ ਟੈਂਕ ਨੂੰ ਕੰਟਰੋਲ ਕਰਨ ਵਾਸਤੇ। ਚਲੋ ਸਮਾਨ ਸਾਰਾ ਚੱਕਦੇ ਹਾਂ ਆਪਾਂ। ਲਓ ਜੀ, ਤਿਆਰੀ ਜ਼ੋਰਾਂ ਸ਼ੋਰਾਂ 'ਚ ਚੱਲਣ ਦੀ ਹੈ, ਅਤੇ ਕੈਮਰਾ ਮੈਨ ਲੈ ਆਇਆ ਵਾਂ, ਹਵਾ ਥੋੜ੍ਹੀ ਥੋੜ੍ਹੀ ਵਗਣ ਦੀ, ਇਸ ਕਰਕੇ ਮੇਰੀ ਆਵਾਜ਼ ਸਾਫ਼ ਨਹੀਂ ਆਉਂਦੀ ਹੋਊਗੀ। ਇੱਕ ਕੈਮਰਾਮੈਨ ਹੋ ਰਿਹਾ ਆਪਣਾ, ਠੀਕ ਹੈ, ਉਹ ਬਲੌਗ ਵਾਲਾ ਕੈਮਰਾ ਸੰਭਾਲੂਗਾ, ਮੈਂ ਆਹ ਕੈਮਰਾ ਸੰਭਾਲੂਗਾ, ਅਤੇ ਡਰਾਈਵਰਿੰਗ ਇਹਦੇ ਹੱਥ 'ਚ, ਠੀਕ ਹੈ, ਅਤੇ ਮੌਕੇ 'ਤੇ ਰਿਪੋਰਟ ਹੈ। ਖਾਲੀ ਨੂੰ ਤਾਂ ਵਧੀਆ ਖਿੱਚ ਲੈਂਦਾ, ਪਤਾ ਤਾਂ ਉਹਦਾ ਲੱਗੂ ਜੋ ਭਰਿਆ ਖਿੱਚਣਾ ਪਿਆ। ਆ ਵੇਖੋ ਕਿਉਂ ਚੱਕਦਾ ਕਿ ਨਹੀਂ ਪੰਪ ਪਾਣੀ ਪੂਰਾ ਸਿਰਾ, ਤੇ ਥੋੜੀ ਜਿਹੀ ਹਵਾ ਲੈ ਗਿਆ ਸੀ, ਕੋਈ ਚੱਕਰ ਨੀ, ਪੰਪ ਲੈ ਜਾਂਦਾ ਹੁੰਦੇ ਹਵਾ, ਵੱਡੀ ਗੱਲ ਨੀ, ਹਵਾ ਚੱਕ ਗਿਆ ਸੀ ਥੋੜਾ ਜਿਹਾ। ਤੇ ਆਹ ਮੂਰਖਾਂ ਨੇ ਪਿੱਛੋਂ ਟੂਟੀ ਬੰਦ ਹੀ ਨੀ ਕੀਤੀ, ਉਹਨਾਂ ਪਾਣੀ ਵਿੱਚ ਜਾਂਦਾ, ਉਹਨਾਂ ਸਾਰਾ ਬਾਹਰ ਨਿਕਲੀ ਜਾਂਦਾ ਸੀ। ਆ ਮੈਂ ਹੁਣ ਵੇਖਿਆ, ਮੈਂ ਟੂਟੀ ਬੰਦ ਕਰਾਈ ਇਹਨਾਂ ਨੂੰ ਫਿਲਹਾਲ। ਆ ਵੇਖੋ ਟੈਂਕ ਭਰੀਚਣ ਦਿਆ, ਸ਼ੂਟ ਕਰ ਲਈ ਆਪਾਂ, ਵਾਧੂ ਇਹਨਾਂ ਵਾਧੂ 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 ਪਾਣੀ, ਆਪਾਂ ਚੈੱਕ ਕਰਾਉਣਾ ਸੀ ਬਸ ਵੀ ਪਾਣੀ ਚੱਕਦਾ ਪੰਪ ਆਪਣਾ, ਬਸ ਕਰਦੇ ਬੰਦ ਹੁਣ। ਲਓ ਵੀ ਵਾਟਰ ਟੈਂਕ ਦਾ ਪੰਪ ਤਾਂ ਸਹੀ ਕੰਮ ਕਰਦਾ ਪਿਆ, ਸੌਣਾ ਪਹਿਲਾਂ ਤਾਂ ਇਹਦੇ ਅੱਗੇ ਵੇਟ ਦੀ ਸਖ਼ਤ ਜ਼ਰੂਰਤ ਹੈ, ਟਰੈਕਟਰ ਮੁੜਦਾ ਹੀ ਨਹੀਂ, ਨਹੀਂ ਤਾਂ ਟਰੈਕਟਰ ਮੁੜੂਗਾ ਹਮੇਸ਼ਾ ਰਿਵਰਸ 'ਤੇ। ਪਾਣੀ ਅਜੇ ਥੋੜ੍ਹਾ ਹੈ ਵਿੱਚ, ਫਿਰ ਵੀ ਟਰੈਕਟਰ ਦਾ ਹਾਲਾਤ ਵੇਖੋ, ਔਖਾ ਜਾਣ ਦੇ, ਇੱਦਾਂ ਹੀ ਤੁਰ ਜਾਣਾ ਸੀ, ਅੱਗੋਂ ਟਾਇਰਾਂ ਨੇ ਮੋੜ ਲੈਣਾ ਸੀ ਆਪੇ ਹੀ ਯਾਰ। ਚੱਲ ਤੂੰ ਚੱਕ ਕੇ ਯਾਰ ਇੱਥੇ ਲੈ ਆ, ਜਦੋਂ ਪਤਾ ਅਜੇ ਨਹੀਂ, ਅੱਗੇ ਵੇਟ ਪਾਉਣਾ ਪਊ ਆਪਾਂ ਨੂੰ, ਅਜੇ ਨਹੀਂ ਕੰਮ ਚੱਲਦਾ ਪਿਆ। ਹਾਂ ਚੱਕ ਲੈ ਇੱਥੇ ਬਸ, ਚੱਲ ਹੌਲੀ, ਇੱਕ ਤਾਂ ਟੈਂਕ 'ਚ ਪਾਣੀ ਬਹੁਤ ਘੱਟ ਹੈ, ਠੀਕ ਹੈ, ਦੂਜਾ ਨੇ ਟੂਟੀ ਨੇ ਪੂਰੀ ਖੋਲ੍ਹੀ, ਆ ਵੇਖੋ ਚੱਲ ਤੋਰ ਥੋੜ੍ਹਾ, ਉੱਥੇ ਰੇੜ 'ਤੇ ਖਿਲਾਰ, ਰੇੜ 'ਤੇ ਪਾਣੀ ਸਾਰਾ ਬਾਹਰ ਆਜੂਗਾ, ਟੈਂਕ ਅੱਗੋਂ ਥੋੜ੍ਹਾ ਹੈ ਨੀਵਾਂ, ਹੈ ਅੱਗੇ ਵੇਟ ਹੈ ਨਹੀਂ ਨਾ ਐਚ ਐਮ ਟੀ 'ਤੇ, ਵੇਟ ਧਰ ਲਾ ਯਾਰ ਥੋੜ੍ਹਾ ਜਿਹਾ ਇੱਥੋਂ, ਆ ਵੇਖ ਲਓ ਯਾਨੀ ਪਾਣੀ ਦੀ ਸਪੀਡ ਆ ਏ, ਠੀਕ ਹੈ, ਇੰਨੀ ਹੌਲੀ ਸਪੀਡ 'ਚ ਪਾਣੀ ਨਿਕਲੂਗਾ। ਤੇ ਹੁਣ ਲੱਗਦੇ ਹੱਥ ਇੰਸਟਾਗ੍ਰਾਮ ਲਈ ਇੱਕ ਦੋ ਰੀਲ ਵੀ ਸ਼ੂਟ ਕਰ ਲਈ ਜਾਵੇ, ਹੈਨਾ, ਰਾਤ ਨੂੰ ਸ਼ੂਟਿੰਗ ਕਰਨੀ ਸੱਚ ਆਪਾਂ,
ਚਲ ਵੇਹਨੇ ਆ ਰਾਤ ਨੂੰ ਅਜੇ ਸ਼ੂਟਿੰਗ ਦਾ ਪੱਕਾ ਨਹੀਂ ਗਾ ਬਾਕੀ ਕਰਾਂਗੇ ਟਰਾਈ ਆ ਮੈਂ ਕੈਮਰਾ ਅੰਦਰ ਰੱਖਾਂ ਮੈਂ ਇੱਕ ਵਾਰੀ ਮੈਂ ਛੇਤੀ ਛੇਤੀ ਕੈਮਰਾ ਰੱਖਾਂ ਕੈਮਰੇ ਦੀ ਹੁਣ ਲੋੜ ਨਹੀਂ ਗੀ ਆਪਾਂ ਨੂੰ ਤੇ ਇੱਕ ਅੱਧੀ ਰੀਲ ਸ਼ੂਟ ਕਰ ਲੈਂਦੇ ਆਪਾਂ छेती आ जा लो भी मित्रों कम डन हो चुका है शूटिंग वाला रील भी बना ली एक निक्की जी फिलहाल इन्हें लै चलते हैं बंपर का कर दे छेती हल कोई क्योंकि प्रिंटर तो हम चलाना ही है तो मैं वेखा अज नहीं तो कल इन्हें बंपर का भी हल आप कर ही देने बार बार टायर अड़ता है मुड़ लगे बुरश तेन पता कितने रखा चंगी तरह साफ कर दे फिलहाल अं ट्राई ही करते हैं बहरों मिट्टी अंदर बहुत घट आए भी बहर की मिट्टी बहर ही रह जाए साफ सूफ करके लिया था तो कैमरे चो मैं मैमरी कार्ड कढ़ लेना तो कैमरे हूँ एक बार रख देने आप अज हूँ इस तो बाद कैमरे की कोई लोड़ नहीं गई आपको क्योंकि क्योंकि जॉन डियर का जो पार्ट डिजाइन करना उन प्रिंट करने भी टाइम लग जूगा अज तो हूँ कम होना नहीं गा अजे तो कल का भी जो पक्का नहीं गा वेना वा मैं डिजाइन करता एक बार सारा इंदा पूरा सांचा लैके जो मोटर जिन्हें खिंचनी है भी उस हिसाब ना इंदा उत्ते फ्रेम बना प्लेटफॉर्म जिहड़ा इंदा है ठीक है तो वेने ट्राई करदा मैं तो लो भी मौके पर टाइम 8 बज गया आप आ गए वापस रोटी पानी खा के बिलकुल वेले हो गए तो हूँ बस आप एक तो जूनियर ते काम करना उदो बाद एडिटिंग करनी है ठीक है दो ही काम ने मौके पर होना आपू तो जूनियर ते की काम करना वो तुम्हें मैं दस देना छेती छेती तो बाकी के आने वाले ब्लॉग से तुम डिटेल पता लगता रहूगा जिमें जिमें आप प्रिंट करा ठीक है तो आई मॉडल जरा वेखन मेरे सामने बिल्कुल लाइट बहुत तंग करती पी एक हाँ आ जो मॉडल तुम वेखन होना यह पूरे का पूरा आवेखा बनया पाया ठीक है इंदा ते उंदा दोवां दा सेम ही साइज है प्रोपर ते एक मिनट मैं तुहानू विखा दिना डिटेल च आ वेखो ठीक है यानी कि आ साइज ते इधरों आ साइज ये बिल्कुल सेम है ते मौके ते आपां जिहड़ी चीज डिजाइन करनी इहदे वास्ते उह तुहानू मैं दस देना ठीक है भी जिहड़ा ट्रैक्टर का सारा प्लेटफॉर्म बनना है ना जिंदे च सीट गेयरबॉक्स जो कुछ भी इहदे विच ऐड होना है ते उह सारा आपां 3D डिजाइन करना है इतने मैं इनकी लंबाई चौड़ाई वेख लेना वा ठीक है भी वह कि रखना है तो उस हिसाब न फिर मैं प्रोपर जिदा कि आप इतने जो ट्रैक्टर रखना है ठीक है इन्ना दूर तो उस हिसाब न मैं प्रोपर सारा इन डिजाइन कर लाँगा इतने पूरा तो उस तो बाद फिर प्रिंट कर देंगे आप ठीक है प्रिंट करने तो बाद इन फिक्स कर देना ये काम है ठीक है रात मैं वेना वा डिजाइन करदा वा कल वाले ब्लॉग तुम विखा दाँगा जिदा का भी मेरे तो डिजाइन होगा ठीक है कल वाले ब्लॉग तुम वेखन मिल जूगा क्योंकि इस तो बाद नाल नाल मैं एडिटिंग का भी काम करना है ठीक है जिन्ना भी डाटा है सारा मैं कॉपी कराँगा मैक च तो नाल नाल मैं इंदे काम कर लाँगा ठीक है जी इस करके अज की अपनी वीडियो इतों तक ही सी वीडियो वेखन लई बहुत बहुत धन्यवाद जी सारिआं दा तो मिलदे आं तुहानू सवेरे नवी वीडियो च तो सवेर दा सवेरे वेखांगे की काम हुंदा की करना है ठीक है वैसे तो अपने वड्डे अर्जन तो रिलेटिड भी एक दो काम ने हुण मौके ते करन वाले तो वह भी करने ने आप बाकी इन फ्यूचर अपने अर्जन च होर भी मैं चेंजेस करन दी सोचन दिया वा उन्दे बारे भी तुहानू मैं ट्राई करांगा कल वाले ब्लॉग च दसांगा ठीक है जी।